ਪਤਾ ਹੈ ਇਹਨਾਂ ਪਰਿਵਾਰਾਂ 'ਚ ਜੰਮੇ ਪਲੇਏ ਐ ਇਸ ਕਰਕੇ ਤਾਂ ਆਪਣਾ ਕਲਚਰ ਆਪਾਂ ਨੂੰ ਪਤਾ ਹੈ ਰਿਵਾਜਾਂ ਦਾ ਪਰ ਐਵੇਂ ਵੀ ਕਈ ਰਿਵਾਜ ਐਸੇ ਵੀ ਹੁੰਦੇ ਐ ਜਿਵੇਂ ਕਹਿੰਦੇ ਨੇ ਕਿ 12 ਕੋਹ ਤੇ ਜਾ ਕੇ ਬੋਲੀ ਬਦਲ ਜਾਂਦੀ ਐ ਕੁਝ ਕੁਝ ਰਿਵਾਜ ਵੀ ਹੁੰਦੇ ਜਿਹੜੇ ਬਦਲਦੇ ਆ ਗਿਆ ਮਤਲਬ ਉਧਰ ਕੁਝ ਹੋਰ ਹੁੰਦੇ ਐ ਕੋਈ ਤਾਜ਼ਾ ਲੇਟੈਸਟ ਰਿਵਾਜ ਤੁਹਾਨੂੰ ਪਤਾ ਲੱਗਿਆ ਅੱਛਾ ਇਹ ਵੀ ਰਿਵਾਜ ਹੁੰਦੇ ਐ ਮੈਨੂੰ ਪਤਾ ਲੱਗਾ ਐ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਰਿਵਾਜ ਵੀ ਹੁੰਦੇ ਐ ਐਸੇ ਵੀ ਰਿਵਾਜ ਐ ਰੀਤ ਤੇ ਰਿਵਾਜ ਦੋ ਚੀਜ਼ਾਂ ਡੱਡ ਵੱਡ ਹੁੰਦੀਆਂ ਨੇ ਰੀਤਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਬਜ਼ੁਰਗਾਂ ਨੂੰ ਪਈਆਂ ਹੋਈਆਂ ਨੇ ਵੀ ਚੀਜ਼ਾਂ ਵੀ ਉਹ ਤੁਸੀਂ ਸ਼ੁਰੂ ਤੋਂ ਫੋਲੋ ਕਰਨੀਆਂ ਨੇ ਠੀਕ ਹੈ ਜਿਵੇਂ ਸਾਡੀ ਰੀਤ ਹੈ ਮੈਂ ਸਿਰ ਤੇ ਟੋਪੀ ਨਹੀਂ ਪਾਉਂਦਾ ਜੀ ਹਾਂ ਕੈਪ ਅੱਛਾ ਸਾਡੇ ਨਹੀਂ ਪਾਉਂਦ ਨੇ ਬਜ਼ੁਰਗ ਠੀਕ ਹੈ ਤੇ ਜੇ ਮਲੋ ਜਿਹੜੀ ਦੂਜੀ ਵੀ ਗਰਮ ਟੋਪੀ ਵੀ ਹੁੰਦੀ ਹੈ ਉਹ ਜਿਹੜੀ ਪੱਗ ਬਣ ਜਾਂਦੇ ਨੇ ਤਾਂ ਉਹਨੂੰ ਕਰਕੇ ਜਿਹੜੀ ਬੰਦ ਟੋਪੀ ਹੁੰਦੀ ਹੈ ਉਹ ਤਾਂ ਨੂੰ ਕਰਕੇ ਪਾਉਨੇ ਆ ਵੀ ਪੱਗ ਲੱਗਦੀ ਅਸੀਂ ਉਹ ਪਾਉਨੇ ਆ ਅੱਛਾ ਤੇ ਦੂਜੀ ਜਿਹੜੀ ਫਰੰਟ ਵਾਲੀ ਕੈਪ ਹੈ ਉਹ ਅਸੀਂ ਪਾਉਂਦੇ ਨਹੀਂ ਸਾਡੇ ਸਾਡੇ ਬਜ਼ੁਰਗ ਪਾਉ ਤੇ ਉਹ ਮਤਲਬ ਇੰਨਾ ਕਿ ਮਾਈਟ ਬੀ ਉਹ ਸੱਚ ਹੈ ਕਿ ਗਲਤ ਸਾਨੂੰ ਘਰ ਦੇਣ ਡਰ ਐ ਵੀ ਇਹ ਮਾੜੀ ਗੱਲ ਆਪਣੇ ਲਈ ਸੋ ਸਾਨੂੰ ਵੀ ਜੰਗਾ ਲਾਉਦੇ ਪੱਗ ਬੰਨਦੇ ਆ ਚੰਗੀ ਚੀਜ਼ ਈ ਪੱਗ ਬੰਨਦੇ ਆ ਟੋਪੀ ਮੈਂ ਤਾਂ ਪੱਗ ਰੱਖਦਾ ਵੀ ਨਹੀਂ ਜੇ ਮੈਂ ਤਾਂ ਦੁਬਾਰੇ ਬੰਨਦਾ ਹਾਂ ਖੋਲ ਕੇ ਅੱਛਾ ਤੇ ਕਾਫੀ ਸੱਜਣ ਮਿੱਤਰ ਸਾਡੇ ਰੱਖ ਲੈਂਦੇ ਆ ਕਈਆਂ ਕੋਲ ਸਮਾਂ ਥੋੜਾ ਘੱਟ ਹੁੰਦਾ ਵੀ ਜਾਂ ਦੌੜ ਭੱਜ ਚ ਤੇ ਨਾ ਮੇਰੇ ਤੋਂ ਰੱਖ ਹੁੰਦੀ ਐ ਤੇ ਨਾ ਹੀ ਮੈਂ ਰੱਖਦਾ ਜੀ ਸੋ ਮੈਨੂੰ ਇਹ ਇਹ ਸਾਡੀ ਰੀਤ ਐ ਜਿਹਨੂੰ ਰੀਤ ਕਹਿੰਦੇ ਆ ਸਾਡੇ ਬਜ਼ੁਰਗਾਂ ਦੀ ਤੇ ਰੀਤ ਕਹਿ ਦਿੰਦੇ ਨੇ ਰਿਵਾਜ ਤਾਂ ਭਾਜੀ ਨਿੱਤ ਨਵੇਂ ਆ ਜਿੰਨੇ ਮਰਜ਼ੀ ਬਣਾ ਲ ਹਾਂ ਜਿਹੜੀ ਚੀਜ਼ ਤੁਹਾਡੇ ਸਾਹਮਣੇ ਕੋਈ ਨਵੀਂ ਕਰ ਦੇ ਇੱਥੇ ਮੈਂ ਲੱਤਾ ਲੱਤਾ ਤਾਂ ਨੂੰ ਕਰਕੇ ਮੂੰਹ ਥੱਲੇ ਨੂੰ ਕਰਕੇ ਲਗਾ ਨਵਾਂ ਰਵਾਜ ਆਇਆ ਦੂਜੀ ਦਾ ਫਿਲਮ ਫਿਲਮ ਸੁਪਰ ਹਿੱਟ ਹੋ ਗਿਆ ਅੰਜ ਬੋਲੀ ਦਾ ਅੱਛਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਹਾਂ ਉਹ ਨਵਾਂ ਰਵਾਜ ਬਣ ਜੂਗਾ ਉਹ ਨਵਾਂ ਰਵਾਜ ਬਣੇ 셔ਟ ਪੁੱਠੀ ਕਰਕੇ ਪਾ ਲੋ ਰਵਾਜ ਆ ਉਹ ਤੋਂ ਬਾਅਦ ਕੀ ਆ ਉਹ ਤਾਂ ਕੋਲ ਹੀ ਆ ਆਪਣੇ ਰਵਾਜ ਤਾਂ ਬਣਦੇ ਰਹਿੰਦੇ ਆ ਤੇ ਬਟ ਜਿਹੜੇ ਹਾਂ ਪ੍ਰਾਣੇ ਮਤਲਬ ਜਿਹੜੇ ਰੀਤੀ ਰਿਵਾਜ ਸ਼ਗਨ ਨੇ ਜਿਹੜੇ ਉਹ ਜਿਹੜੇ ਚੱਲਦੇ ਆਏ ਨੇ ਉਹ ਤਾਂ ਭਾਜੀ ਸਾਰੇ ਕਾਮਨ ਨੇ एवरीवन knows ਆਪਾਂ ਸਾਰਿਆਂ ਨੂੰ ਪਤਾ ਹੀ ਹੈ ਆਲਮੋਸਟ ਆਲਮੋਸਟ ਜਿਹੜੇ ਪਿੰਡਾਂ